श्री गुरु नानक देव जी के प्रकाश पुरब नूं लैके भारत सरकार वालों करतारपुर लांघा अज तो गुरु नानक नाम लेवा संगत लई खोल दिता गया है। उत्ते ही बीती शाम कुछ श्रद्धालुओं वालों ऑनलाइन अप्लाई किया गया सी, जिस दे चलदे उन्हां नूं उस पार पाकिस्तान स्थित गुरुद्वारा श्री करतारपुर साहिब दर्शन करन की इजाजत मिली। अते अज नतमस्तक होण जा रही संगत का कहना सी कि वह खुद नूं वडभागा मानदे हन अते उन्हां दे मन च लंबे समय तो उस पार गुरु के दर ते जाण की तांग सी। इस दे नाल ही लांघे राही उस पार पाकिस्तान जा रही संगत ने दस्या कि कोविड टीकाकरण की दोवें डोज दे सर्टिफिकेट की मंग की गई है अते उस दे नाल पासपोर्ट आदि जो पहले शर्तां तय सन उही हन। इस दे नाल ही कुछ ऐसी भी संगत इस करतारपुर कोरीडोर पहुँच रही है जिन्हें अप्लाई नहीं किया अते उन्हां दा कहना है कि यह गुरु नानक साहिब जी की ही कृपा है जो लांघा खोलिया गया है। गुरदासपुर तो रोहित गुप्ता की रिपोर्ट, लाइव भारत। ਮੇਰਾ ਨਾਮ ਸਰੋਜ ਕੌਰ ਹੈ। ਕਿੱਥੋਂ ਆਏ? ਕੁਰਸ਼ੇਤਰਾ। ਤੁਸੀਂ ਕਿਵੇਂ ਵੇਖਦੇ ਹੋ ਲੰਗਾ ਦੁਬਾਰਾ ਖੁੱਲ੍ਹਾ ਹੋ ਗਿਆ? ਖੁੱਲ੍ਹ ਗਿਆ ਤਕਰੀਬਨ। ਸਰ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਕਿ ਮੋਦੀ ਸਰ ਨੇ ਆਪਣਾ ਇਹ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਜਨਮ ਦਿਹਾੜਾ ਆ ਰਿਹਾ ਗੁਰੂ ਜੀ ਦਾ, ਅਤੇ ਉਹਨੂੰ ਉਸ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ। ਕਿੰਨੀ ਆਸ ਹੁੰਦੀ ਮਨ ਦੇ ਵਿੱਚ ਦਰਸ਼ਨ ਕਰਨੀ ਚਾਹੀਦੀ? ਸਰ ਬਹੁਤ ਆਸਾਂ ਨੇ, ਸਾਨੂੰ ਤਾਂ ਇੱਥੇ ਦੇਖ ਕੇ ਸਾਡਾ ਰੋਮ ਰੋਮ ਖੜ੍ਹਾ ਹੋ ਗਿਆ ਕਿ ਹਾਂ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ, ਅਤੇ ਇੱਥੇ ਪਹੁੰਚ ਗਿਆ ਸਮਝ ਲਓ ਐਵੇਂ ਹੋ ਗਏ ਜਿਵੇਂ ਦਰਸ਼ਨ ਹੋ ਗਏ ਗੁਰੂ ਸਾਹਿਬ ਦੇ ਸਾਨੂੰ। ਹਾਂਜੀ ਹਾਂ ਸਰ, ਅਜੇ ਅਸੀਂ ਮੋਲ ਦੇਖਣ ਆਏ ਹਾਂ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਘਰ ਜਾ ਕੇ ਅਤੇ ਆਪਣਾ ਅਪਲਾਈ ਕਰਦੇ ਹਾਂ ਫਿਰ ਜਾਂਦੇ ਹਾਂ। ਆਏ ਬਾਬਾ ਜੀ। ਬਾਬਾ ਸੁਖਦੀਪ ਸਿੰਘ ਬੇਦੀ ਬਾਈ, ਕਿਵੇਂ ਵੇਖਦੇ ਹੋ ਕਾਫੀ ਕਰੋਨਾ ਤੋਂ ਬਾਅਦ ਦੁਬਾਰਾ ਜਿਹੜਾ ਓਪਨ ਹੋ ਰਿਹਾ? ਹਾਂਜੀ ਬਹੁਤ ਖੁਸ਼ੀ ਹੈ ਜੀ, ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ, ਕਿਉਂਕਿ ਕਰੋਨਾ ਦੇ ਦਰਮਿਆਨ ਦੇ ਵਿੱਚ ਹੋਰ ਵੀ ਪਾਬੰਦੀਆਂ ਜਿਹੜੀਆਂ ਸੀਗੀਆਂ ਉਹ ਸਭ ਖੁੱਲ੍ਹ ਗਈਆਂ, ਉਹ ਬਾਅਦ ਦੇ ਵਿੱਚ ਇਹੋ ਹੀ ਜਿਹੜਾ ਸੀਗਾ ਰਹਿ ਗਿਆ ਸੀਗਾ ਉਹ ਵੀ ਸਰਕਾਰ ਨੇ ਜਿਹੜਾ ਵਾ ਉਹ ਖੋਲ੍ਹ ਦਿੱਤਾ ਵਾ, ਔਰ ਉਮੀਦ ਹੈ ਲੋਕ ਜਿਹੜੇ ਹੈਗੇ ਨੇ ਬੜੇ ਖੁਸ਼ੀ ਦੇ ਨਾਲ ਦਰਸ਼ਨ ਕਰਨ ਦੇ ਲਈ ਜਲਦੀ ਤੋਂ ਜਲਦੀ ਆਪਣਾ ਅਪਲਾਈ ਕਰਨਗੇ। ਥੋੜ੍ਹੀ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਆਸਾਨ ਕੀਤਾ ਜਾਏ ਤਾਂ ਕਿ ਆਮ ਲੋਕ ਵੀ ਜਿਹੜੇ ਹੈਗੇ ਨੇ ਜਾ ਕੇ ਉਹ ਦਰਸ਼ਨ ਕਰ ਸਕਣ। ਕਿਵੇਂ ਦੀ ਪ੍ਰਕਿਰਿਆ? ਜਿੱਦਾਂ ਅਪਲਾਈ ਕਰਨ ਦੀ ਜੀ ਪ੍ਰਕਿਰਿਆ ਜਿਹੜੀ ਹੈਗੀ ਆ, ਫਾਰਮ ਨੂੰ ਫਿਲ ਕਰਨ ਦੀ 10 ਦਿਨ ਦਾ ਜਿਹੜਾ ਉਹ ਗੈਪ ਹੈ, ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਾਲੇ ਦਾ ਘਰ ਆਉਣਾ, ਕਈ ਵਾਰੀ ਉਹ ਬੰਦਾ ਘਰ ਨਹੀਂ ਮਿਲਦਾ ਜਿਹਨੇ ਅਪਲਾਈ ਕੀਤਾ ਹੁੰਦਾ, ਉਹ ਇਹ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਉਹਨੂੰ ਕੁਛ ਥੋੜ੍ਹਾ ਜਿਹਾ ਢਿੱਲਾ ਕੀਤਾ ਜਾਏ ਜਿਹਦੇ ਨਾਲ ਆਮ ਲੋਕ ਜਿਹੜੇ ਹੈਗੇ ਨੇ ਉਹ ਵੀ ਜਾ ਕੇ ਕਰਤਾਰਪੁਰ ਸਾਹਿਬ, ਕਿਉਂਕਿ ਹਰ ਸਿੱਖ ਦੀ ਇਹ ਅਰਦਾਸ ਹੈ ਵੀ ਦਰਸ਼ਨ ਦਾਰ ਜਿਹੜੇ ਹਨ ਉਹ ਬਖਸ਼ੋ, ਉਹ ਬੜੀ ਕਿਰਪਾ ਕੀਤੀ ਹੈ ਕਰੋਨਾ ਦਾ ਪੀਰੀਅਡ ਨਿਕਲਣ ਤੋਂ ਬਾਅਦ ਇੱਕ ਵਾਰੀ ਫਿਰ ਮੌਕਾ ਐਸਾ ਆਇਆ ਵਾ, ਔਰ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਕਿਰਪਾ ਕਰਨ ਇਹ ਬਗੈਰ ਕਿਸੇ ਰੁਕਾਵਟ ਤੋਂ ਹੀ ਇਹ ਦਰਸ਼ਨ ਜਿਹੜੇ ਆ ਇਹ ਹੁੰਦੇ ਰਹੇ। ਅਮਰਨਾਥ ਹੈ ਜੀ, ਤੁਸੀਂ ਆਏ ਹੋ ਦਰਸ਼ਨ ਕਰਨ ਲਈ, ਕਿਵੇਂ ਵੇਖਦੇ ਸਰਕਾਰ ਵੱਲੋਂ ਜਿਹੜਾ ਲਾਂਘਾ ਖੋਲ੍ਹਣ ਦਾ ਫੈਸਲਾ ਦਿੱਤਾ ਗਿਆ ਵਾ? ਦੇਖੋ, ਪੰਜਾਬ ਸਰਕਾਰ ਨੇ ਜਿਹੜਾ ਸੈਂਟਰ ਸਰਕਾਰ ਨੇ ਲਾਂਘਾ ਖੋਲ੍ਹਿਆ ਨੇ ਜੀ, ਇਹ ਇੰਡੀਆ ਵਾਸਤੇ ਬਹੁਤ ਇੱਕ ਮਤਲਬ ਕਿ ਜਿਵੇਂ ਨਾ ਕਿਸੇ ਮਨ ਦੇ ਵਿੱਚ ਚਾਅ ਹੁੰਦਾ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਇਸ ਨੂੰ ਪਹਿਲਾਂ ਖੁੱਲ੍ਹਿਆ ਥੋੜ੍ਹੇ ਟਾਈਮ ਵਾਸਤੇ ਖੁੱਲ੍ਹਿਆ, ਉਸ ਤੋਂ ਬਾਅਦ ਕਰੋਨਾ ਲੱਗ ਗਿਆ। ਕਰੋਨਾ ਦੇ ਵਿੱਚ ਵੀ ਮਤਲਬ ਕਿ ਪਬਲਿਕ ਕਹਿੰਦੀ ਸੀ ਕਿ ਮਤਲਬ ਕਿ ਖੁੱਲ੍ਹਣਾ ਚਾਹੀਦਾ, ਅਤੇ ਵੈਸੇ ਤਾਂ 24 ਘੰਟੇ ਹੀ ਖੁੱਲ੍ਹਣਾ ਚਾਹੀਦਾ ਜੀ, ਬਗੈਰ ਰੋਕ ਟੋਕ ਤੋਂ। ਆਧਾਰ ਕਾਰਡ ਹੈ, ਕਿਸੇ ਕੋਲ ਆਧਾਰ ਕਾਰਡ ਦੇ ਨਾਲ ਬੰਦਾ ਜਾ ਸਕੇ, ਅਤੇ ਜੇ ਕੋਈ ਹੋਰ ਡਰਾਈਵਿੰਗ ਲਾਇਸੈਂਸ ਹੈ ਕੋਈ ਹੈ ਆਪਣੇ ਇੰਡੀਆ ਦੇ ਕੋਲੋਂ ਅਤੇ ਪਾਕਿਸਤਾਨ ਜਾ ਸਕਣ, ਅਤੇ ਉੱਧਰੋਂ ਵੀ ਇਜਾਜ਼ਤ ਮਿਲੇ ਕਿ ਹਾਂ ਇਸ ਦੇ ਆਧਾਰ ਨਾਲ ਆ ਸਕਦੇ ਨੇ, ਅਤੇ ਬਹੁਤਿਆਂ ਕੋਲ ਪਾਸਪੋਰਟ ਨਹੀਂ ਹੈਗੇ, ਸਾਡੇ ਵਰਗੇ ਕੋਲ ਨਹੀਂ ਹੈਗਾ, ਜਿਹੜਾ ਇਹ ਹੈ ਸਾਡੇ ਕੋਲ ਨਹੀਂ ਹੈਗਾ ਅਤੇ ਅਸੀਂ ਨਹੀਂ ਜਾ ਸਕਦੇ। ਬਲਕਿ ਸਹੂਲਤ ਹਰੇਕ ਨੂੰ ਹੋਣੀ ਚਾਹੀਦੀ ਹੈ, ਕੋਈ ਵਾਂਝਾ ਨਾ ਦੇਵੇ ਬਾਬੇ ਦੇ ਵਿੱਚ। ਗੁਰਪੁਰਬ ਵੀ ਆ ਰਿਹਾ, ਹਾਂ ਕੱਲ੍ਹ ਨੂੰ ਆਪਣਾ 19 ਤਰੀਕ ਦਾ ਗੁਰਪੁਰਬ ਹੈ, ਦੁਨੀਆ ਬੜੀ ਹੁੰਮ ਹੁੰਮਾ ਕੇ ਜਾ ਰਹੀ ਹੈ। ਸਾਡੇ ਪਿੰਡ 'ਚ ਬੜੇ ਸ਼ੇਖਪੁਰ ਪਿੰਡ ਸਾਡਾ ਡਿਸਟ੍ਰਿਕਟ ਅੰਬਾਲੇ 'ਚ ਹੈ, ਉੱਥੋਂ ਕਈਆਂ ਬੰਦਿਆਂ ਦੇ ਮਤਲਬ ਕਿ ਮਾਨਤਾ ਮਿਲ ਗਈ ਉਹਨਾਂ ਨੂੰ ਜਾਣ ਵਾਸਤੇ, ਉਹ ਵੈਰੀਫਿਕੇਸ਼ਨ ਉਹਨਾਂ ਨੇ ਕਰਵਾ ਲਈ, ਅਤੇ ਹੋ ਸਕਦਾ ਉਹ ਕੱਲ੍ਹ ਨੂੰ ਮਤਲਬ ਕਿ 18 ਤਰੀਕ ਹੈ ਅਤੇ ਕੱਲ੍ਹ ਨੂੰ ਜਾਣਗੇ ਉਹ। ਬਹੁਤ ਵਧੀਆ ਲੱਗ ਰਿਹਾ ਜੀ, ਮਤਲਬ ਮਨ ਨੂੰ ਖੁਸ਼ੀ ਮਿਲ ਰਹੀ ਹੈ ਪੂਰੀ ਜੀ, ਦਰਸ਼ਨ ਦੀਦਾਰੀ ਕਰਕੇ ਆਵਾਂਗੇ ਹੁਣ ਗੁਰੂ ਸਾਹਿਬ ਦੇ ਆਪਣੀ ਪਵਿੱਤਰ ਧਰਤੀ ਦੇ ਜਾ ਕੇ, ਜੋ ਮਨ ਨੂੰ ਸਕੂਨ ਬਾਕੀ ਉੱਥੋਂ ਹੋ ਕੇ ਆ ਕੇ ਸਭ ਕੁਛ ਤੁਹਾਨੂੰ ਆਉਂਦੇ ਹੋਏ ਐਕਸਪੀਰੀਅੰਸ ਦੱਸਦੇ ਆ ਜੀ। ਅਸੀਂ ਕੱਲ੍ਹ ਅਪਲਾਈ ਕੀਤਾ ਸੀਗਾ, ਹਾਂਜੀ ਹਾਂਜੀ ਔਨਲਾਈਨ ਸੀਗਾ ਚੱਲ ਰਿਹਾ, ਅਸੀਂ ਕੱਲ੍ਹ ਅਪਲਾਈ ਕੀਤਾ, ਅੱਜ ਵੀਜ਼ਾ ਵੀ ਆ ਗਿਆ। ਠੀਕ ਹੈ ਜੀ, ਅਤੇ ਬਹੁਤ ਈਜ਼ੀ ਪ੍ਰੋਸੈਸ ਆ ਜੀ, ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਕੋਵਿਡ ਨੀ ਨੋਰਮਲ ਆਪਣੀ ਰਿਪੋਰਟ ਦਿਖਾਉਣੀ ਹੈ ਜਿਹੜੀ ਤੁਹਾਡੇ ਕੋਵਿਡ ਟੀਕਾਕਰਨ ਹੋਇਆ ਹੋਊਗਾ ਜਿਹੜਾ, ਠੀਕ ਹੈ ਬਸ ਉਹ ਦੱਸਣਾ। ਹਾਂਜੀ ਨਹੀਂ, ਟੈਸਟ ਰਿਪੋਰਟ ਨਹੀਂ, ਓਨਲੀ ਕੋਵਿਡ ਦਾ ਜਿਹੜਾ ਟੀਕਾਕਰਨ ਹੋਇਆ ਜੀ, ਉਹਦਾ ਡੋਜ਼ ਲੱਗੀ ਜੀ, 4 ਮੈਂਬਰ ਜਾ ਰਹੇ ਹੈ।